अज शिवसेना टकसाली की बमियाल विखे हुई एक मीटिंग मीटिंग में उचेचे तौर उत्ते ब्रिजबोन सूरी मानक सूरी समुची शिवसेना टकसाली की टीम हुई शामिल। शिवसेना टकसाली बमियाल इकाई का विस्तार करते हुए राष्ट्रीय अध्यक्ष ब्रिजमोहन सूरी और मानक सूरी जी ने संतोख सिंह पठानकोट का जिला प्रधान नियुक्त किया। होर भी जानकारी देंदे हुए प्रेस वार्तालाप के ब्रिजमोहन सूरी संतोख सिंह पंजाब प्रवक्ता अजय कुमार जी ने की क्या, देखो आर टी न्यूज़ की विशेष रिपोर्ट। ਬਮਿਆਲ ਦੇ ਵਿੱਚ ਅੱਜ ਸ਼ਿਵ ਸੈਨਾ ਟਕਸਾਲੀ ਦੀ ਬੋਡੀ ਦਾ ਗਠਨ ਹੋਇਆ ਔਰ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਸ਼ਿਵ ਸੈਨਾ ਟਕਸਾਲੀ ਦਾ ਗਠਨ ਕੀਤਾ ਜਾਏ ਤਾਂ ਕਿ ਜਿੱਥੇ ਸਨਾਤਨ ਧਰਮ ਦਾ ਵਿਸਤਾਰ ਹੋ ਸਕੇ ਉੱਥੇ ਹੀ ਲੋਕਾਂ ਦੀਆਂ ਵੱਧ ਰਹੀਆਂ ਮੁਸ਼ਕਲਾਂ ਨੂੰ ਆਪਾਂ ਵੱਧ ਤੋਂ ਵੱਧ ਦੂਰ ਕਰ ਸਕੀਏ। ਅੱਜ ਲੋਕਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਕਾਫੀ ਪ੍ਰੋਬਲਮ ਹੈ, ਅੱਜ ਲੋਕਾਂ ਨੂੰ ਸਮਾਜਿਕ ਤੌਰ 'ਤੇ ਕਾਫੀ ਪ੍ਰੋਬਲਮਸ ਨੇ, ਫੈਮਲੀਜ਼ ਦੇ ਵਿੱਚ ਡਿਸਪਿਊਟਸ ਜਿਹੜੇ ਨੇ ਉਹ ਵੱਧ ਰਹੇ ਨੇ। ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਨੂੰ ਦੂਰ ਕੀਤਾ ਜਾਏ, ਕੋਸ਼ਿਸ਼ ਹੈ ਕਿ ਉਹਨਾਂ ਦਾ ਸਾਥ ਦਿੱਤਾ ਜਾਏ, ਕੋਸ਼ਿਸ਼ ਹੈ ਕਿ ਉਹਨਾਂ ਭੈਣਾਂ ਨੂੰ ਜਿਨ੍ਹਾਂ ਨੂੰ ਕਾਫੀ ਪ੍ਰੋਬਲਮਸ ਆ ਰਹੀਆਂ ਨੇ ਸਸੁਰਾਲ ਦੇ ਵਿੱਚ, ਕਿਉਂਕਿ ਅਸੀਂ ਇੱਕ ਅਭਿਆਨ ਸ਼ੁਰੂ ਕੀਤਾ ਸਮਾਜਿਕ ਅਭਿਆਨ। ਸ਼ਿਵ ਸੈਨਾ ਟਕਸਾਲੀ ਹਰ ਖੇਤਰ ਦੇ ਵਿੱਚ ਕੰਮ ਕਰਦੀ ਰਹੀ ਹੈ। ਤੁਹਾਨੂੰ ਪਤਾ ਸਾਡੇ ਅਮਰ ਸ਼ਹੀਦ ਸੁਧੀਰ ਕੁਮਾਰ ਸੂਰੀ ਜੀ ਆਪਣੇ ਧਰਮ ਲਈ ਜਾਨ ਦੇ ਚੁੱਕੇ ਨੇ, ਅੱਜ ਵੀ ਉਹਨਾਂ ਦਾ ਨਾਮ ਜਿਹੜਾ ਉਹ ਬੁਲੰਦੀਆਂ ਦੇ ਵਿੱਚ ਗੂੰਜਦਾ ਰਹਿੰਦਾ। ਉਹਨਾਂ ਦੇ ਨਾਮ ਨੂੰ ਇੱਕ ਸ਼ਿਖਰ 'ਤੇ ਪਹੁੰਚਾਉਣ ਵਾਸਤੇ ਅਸੀਂ ਸਮਾਜਿਕ ਅਭਿਆਨ ਸ਼ੁਰੂ ਕੀਤਾ, ਜਿਸ ਦੇ ਵਿੱਚ ਐਂਬੂਲੈਂਸ ਲਈਆਂ ਜਾ ਰਹੀਆਂ ਨੇ, ਗਊ ਮਾਤਾ ਦੀ ਐਂਬੂਲੈਂਸ ਵੀ ਲਈ ਜਾ ਰਹੀ ਹੈ। ਕੁਛ ਇੱਕ ਅਸੀਂ ਧਰਮਸ਼ਾਲਾ ਖੋਲ੍ਹਣ ਬਾਰੇ ਵਿਚਾਰ ਕਰ ਰਹੇ ਹਾਂ। ਗਰੀਬਾਂ ਦੇ ਜਿਹੜਾ ਖਾਣਾ ਹੈ, ਜਿਸ ਤਰ੍ਹਾਂ ਇੱਕ ਸਕੀਮ ਸੀ ਮੇਰੀ ਰਸੋਈ, ਉਸ ਤਰ੍ਹਾਂ ਦਾ ਕੋਈ ਕਾਫੀ ਜਲਦੀ ਅਭਿਆਨ ਸ਼ੁਰੂ ਕਰਾਂਗੇ ਜਿਹਦੇ 15-20 ਰੁਪਏ ਦੀ ਪਲੇਟ ਇੱਕ ਗਰੀਬ ਇਨਸਾਨ ਨੂੰ ਮਿਲ ਸਕੇ। ਸਰ, ਬਮਿਆਲ ਜਿਹੜਾ ਇੱਕ ਏਰੀਆ ਬੋਰਡਰ ਹੈ, ਥੋੜ੍ਹਾ ਪਿਛੜਿਆ ਹੋਇਆ ਵੀ ਹੈ, ਇਹਦੇ ਵਾਸਤੇ ਤੁਹਾਡੇ ਕੁਛ ਹੈ, ਕੁਛ ਪ੍ਰਾਇਓਰਿਟੀ ਕੇ ਕੁਛ ਕੀ ਕਰੋਗੇ ਸੀ? ਹਾਂ ਬਿਲਕੁਲ ਹੈ ਜੀ, ਅਸੀਂ ਆਪਣੀ ਟੀਮ ਦੇ ਨਾਲ ਇਸ ਟੋਪਿਕ ਦੇ ਉੱਤੇ ਵਿਚਾਰ ਕਰਕੇ ਸਪੈਸ਼ਲ ਮੀਟਿੰਗਸ ਕਰਕੇ ਜੋ ਵੀ ਪ੍ਰੋਬਲਮਸ ਇੱਥੇ ਨੇ ਜਾਂ ਜਿਸ ਤਰ੍ਹਾਂ ਦੀਆਂ ਕਮੀਆਂ ਉਹ ਸਮਝਦੇ ਨੇ ਕਿ ਪ੍ਰਾਇਓਰਟੀ 'ਤੇ ਪਹਿਲੇ ਆਪਾਂ ਦੂਰ ਕਰੀਏ, ਉਹਨੂੰ ਲਿਸਟ ਦੇ ਵਿੱਚ ਸਭ ਤੋਂ ਉੱਪਰ ਰੱਖ ਕੇ ਉਹਦੇ ਉੱਤੇ ਕੰਮ ਕੀਤਾ ਜਾਏਗਾ। ਕੁੱਲ ਮਿਲਾ ਕੇ ਜੇ ਮੈਂ ਕਹਾਂ ਕਿ ਸਮਾਜਿਕ ਤੌਰ 'ਤੇ ਜਿਹੜੀ ਸਮੱਸਿਆਵਾਂ ਆਮ ਜਨਤਾ ਵਾਸਤੇ ਆ ਰਹੀਆਂ, ਸਭ ਤੋਂ ਪਹਿਲੇ ਸਾਨੂੰ ਕੋਸ਼ਿਸ਼ ਹੋਏਗੀ ਕਿ ਉਹ ਸਮੱਸਿਆਵਾਂ ਦੂਰ ਕਰੀਏ। ਜਿਸ ਤਰ੍ਹਾਂ ਅਸੀਂ ਨਸ਼ਾ ਅਭਿਆਨ ਚਲਾਇਆ ਕਿ ਨਸ਼ਾ ਛੋੜੋ ਅਭਿਆਨ, ਕਿ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਜੋ ਆਪਣੀ ਇੱਛਾ ਦੇ ਨਾਲ ਸਾਨੂੰ ਸੰਪਰਕ ਕਰਦੇ ਨੇ, ਇੱਕ ਡ੍ਰਿਢ ਨਿਸ਼ਚੈ ਹੋਣਾ ਚਾਹੀਦਾ, ਲੇਕਿਨ ਉਹਨਾਂ ਦੀ ਬੋਡੀ ਉਹਨਾਂ ਦਾ। ਸਰ, ਬੜਾ ਧੰਨਵਾਦੀ ਹੋਏਗਾ ਅਜੇ ਪ੍ਰਧਾਨ ਜੀ ਦਾ, ਸਾਡੇ ਬ੍ਰਿਜਮੋਹਨ ਸੂਰੀ, ਮਾਨਕ ਸੂਰੀ ਔਰ ਬਾਕੀ ਜੋ ਵੀ ਸਾਥੀ ਨਾਲ ਆਏ ਹੋਏ ਨੇ, ਅਤੇ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦੀ, ਔਰ ਸ਼ਿਵ ਸੈਨਾ ਟਕਸਾਲੀ ਦਾ ਵੀ। ਇਹਨਾਂ ਨੇ ਜੋ ਵੀ ਜਿੱਦਾਂ ਵੀ ਮੈਨੂੰ ਐਡਾ ਜ਼ਿੰਮੇਵਾਰੀ ਸੌਂਪੀ ਹੈ, ਬੜੇ ਮਨ ਤਨ ਨਾਲ ਨਿਭਾਵਾਂਗਾ। ਹੋਰ ਕੀ ਸੰਦੇਸ਼ ਦਿਓਗੇ? ਜੋ ਇਹੋ ਜਿਹਾ ਕਿ ਹੁਣ ਸਿਆਸੀ ਪੱਤੇ ਤੋਂ ਹੁਣ ਸਾਰਿਆਂ ਨੂੰ ਸਤਿਕਾਰਾ ਪਾਵਾਂਗੇ, ਨਾਲ ਹੋਵੇ। ਜੈ ਸ਼੍ਰੀ ਰਾਮ। ਮੈਂ ਅਜੇ ਕੁਮਾਰ, ਪੰਜਾਬ ਪ੍ਰਵਕਤਾ ਸ਼ਿਵ ਸੈਨਾ ਟਕਸਾਲੀ ਤੋਂ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਬੰਬਿਆਲ ਦੇ ਵਿੱਚ ਅਸੀਂ ਅੱਜ ਸੰਤੋਖ ਸਿੰਘ ਵਿੱਕੀ ਜੀ ਨੂੰ ਅੱਜ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਦੇ ਰਹੇ ਹਾਂ। ਅਸੀਂ ਇਹਨਾਂ ਤੋਂ ਆਸ ਕਰਦੇ ਹਾਂ ਕਿ ਇਲਾਕੇ ਵਿੱਚ ਜੋ ਵੀ ਸਮੱਸਿਆਵਾਂ, ਜਿਹੜੀ ਮੇਨ ਸਮੱਸਿਆ ਆਪਣੇ ਸੀਵ ਦੀ ਸਮੱਸਿਆ ਅਤੇ ਸੜਕਾਂ ਟੁੱਟੀਆਂ, ਨਸ਼ੇ ਦੀ ਸਮੱਸਿਆ, ਕੋਈ ਲਾਗੇ ਬੋਰਡਰ ਹੈਗਾ ਨਸ਼ਾ ਵੀ ਇੱਥੇ ਬਹੁਤ ਜ਼ਿਆਦਾ, ਅਸੀਂ ਇਹਨਾਂ ਤੋਂ ਇਹੀ ਆਸ ਕਰਦੇ ਹਾਂ ਕਿ ਜਿੰਨੀ ਵੀ ਸਮੱਸਿਆ ਇਲਾਕੇ ਦੀਆਂ ਹੈਗੀਆਂ ਉਹਨਾਂ ਹੱਲ ਕਰਾਣਗੇ। ਬਾਕੀ ਇਹਨਾਂ ਨੂੰ ਅੱਜ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਆ। ਅਸੀਂ ਆਸ ਕਰਦੇ ਹਾਂ ਕਿ ਇਸ ਜਿਹੜਾ ਅਹੁਦਾ ਦਿੱਤਾ ਉਹਨਾਂ ਦੀ ਪੂਰੀ ਤਨ ਮਨ ਦੇ ਨਾਲ ਅਹੁਦੇ ਦੀ ਪੂਰੀ ਮਰਿਆਦਾ ਰੱਖਣਗੇ। ਮੈਂ ਇਹਨਾਂ ਨੂੰ ਆਪਣੀ ਪਾਰਟੀ ਵੱਲੋਂ ਬਹੁਤ ਹੀ ਵਧਾਈ ਦਿੰਦਾ। ਜੈ ਸ਼੍ਰੀ ਰਾਮ। ਹਰ ਹਰ ਮਹਾਦੇਵ।